ਜਦੋਂ ਅਸੀਂ ਕੈਂਪਸ ਘੁੰਮ ਰਹੇ ਸੀ ਸਾਨੂੰ ਪਤਾ ਲੱਗਾ ਕਿ ਤੁਸੀਂ ਇੱਥੇ ਲੰਗਰ ਪ੍ਰਥਾ ਜਿਹੜੀ ਹੈ ਸ਼ੁਰੂ ਕੀਤੀ ਹੋਈ ਹੈ ਜਿਹੜੇ ਬੱਚੇ ਮਤਲਬ ਅਫੋਰਡ ਨਹੀਂ ਕਰ ਸਕਦੇ ਜਾਂ ਫਿਰ ਕਹੀਏ ਕਿ ਕੈਂਟੀਨ ਦਾ ਨਹੀਂ ਖਾਣਾ ਚਾਹੁੰਦੇ ਤਾਂ ਉਹਨਾਂ ਲਈ ਜਿਹੜਾ ਇਹ ਲੰਗਰ ਪ੍ਰੋਵਾਈਡ ਕੀਤਾ ਜਾਂਦਾ ਉਹਦੇ ਬਾਰੇ ਦੱਸੋ ਕਿ ਇਹ ਆਈਡੀਆ ਤੁਹਾਨੂੰ ਕਿਵੇਂ ਆਇਆ ਅਤੇ ਕਦੋਂ ਤੁਸੀਂ ਇਹ ਜਿਹੜੀ ਸੇਵਾ ਇਹ ਸ਼ੁਰੂ ਕੀਤੀ ਔਰ ਮੇਰਾ ਲੜਕਾ ਸੀ ਪਵਿੱਤ ਸਿੰਘ ਐਚ ਕਾਲਜ ਦਾ ਸਟੂਡੈਂਟ 2010 ਤੇ ਫਾਈਨਲ ਈਅਰ ਸਟੂਡੈਂਟ ਸੀ ਹੀ ਮੈਟ ਵਿਦ ਐਨ ਐਕਸੀਡੈਂਟ ਸੋ ਵੀ ਲੋਸਟ ਹਿਮ ਤੇ ਕੁਝ ਕਰਨਾ ਸੀ ਤੇ ਆਪਸ ਵਿੱਚ ਸਲਾਹ ਕੀਤੀ ਸੀ ਘਰ ਐਂਡ ਸਾਡੇ ਤੋਂ ਗੁਰਦੁਆਰਾ ਸਾਹਿਬ ਇੱਥੇ ਹੈਗੇ ਨੇ ਅਤੇ ਉਹਨਾਂ ਦੇ ਨਾਲ ਜਗ੍ਹਾ ਸੀ ਉੱਥੇ ਮੈਂ ਆਪਣੀ ਰਿਸੋਰਸਿਸ ਤੋਂ ਲੰਗਰ ਕਿਚਨ ਬਣਾਈ ਸੀ ਅਤੇ ਤਾਂ ਅਸੀਂ ਸੋਚਿਆ ਸੀ ਕਿ ਬਹੁਤ ਸਾਰੇ ਬੱਚੇ ਹੈਗੇ ਨੇ ਜੋ ਬਹੁਤ ਦੂਰੋਂ ਦੂਰੋਂ ਟਰੈਵਲ ਕਰਦੇ ਨੇ ਐਂਡ ਇਕਨੋਮਿਕਲੀ ਵੀਕ ਨੇ ਜਾਂ ਸਪੋਰਟਸ ਪਰਸਨ ਨੇ ਜੋ ਸਵੇਰੇ ਆਉਂਦੇ ਨੇ ਬ੍ਰੇਕਫਾਸਟ ਨਹੀਂ ਖਾਂਦੇ NCC ਕੈਡਿਟ ਨੇ ਅਤੇ ਉਹਨਾਂ ਵਾਸਤੇ ਕੁਝ ਕੀਤਾ ਜਾਏ ਉਹ ਰੱਖ ਕੇ ਅਸੀਂ ਮੁੱਦਾ ਰੱਖ ਕੇ ਵੀ ਹੈਵ ਸਟਾਰਟਡ ਐਂਡ ਫਿਰ ਲੰਗਰ ਤੁਸੀਂ ਨਾ ਬੋਲ ਦਿਓ ਤਾਂ ਫਿਰ ਇੱਕ ਵਾਰੀ ਸ਼ੁਰੂ ਕਰ ਦਿਉ ਅਤੇ ਫਿਰ ਲੰਗਰ ਦਾ ਨਾਂ ਤਾਂ ਫਿਰ ਬਿਆਨ 'ਤੇ ਚੱਲਦਾ ਹੀ ਪਿਆ ਇਨਫੈਕਟ ਪ੍ਰੈਜੀਡੈਂਟ ਆਫ ਇੰਡੀਆ ਸਾਡੇ ਫਾਰਮਰ ਪ੍ਰੈਜੀਡੈਂਟ ਆਫ ਇੰਡੀਆ ਜਦੋਂ ਆਏ ਸੀ ਇੱਥੇ ਉਹਨਾਂ ਨੇ ਆਪ ਕੋਟ ਕੀਤਾ ਸੀ ਕਿ ਸਕੂਲ 'ਤੇ ਜਾਂ ਗੌਰਮੈਂਟ ਕਾਲਜ 'ਤੇ ਗੌਰਮੈਂਟ ਸਕੂਲਸ 'ਤੇ ਮੈਂ ਸੁਣਿਆ ਫਰੀ ਮੀਲ ਸਕੀਮ ਇਹ ਇੱਕ ਕਾਲਜ ਇਕਲੌਤਾ ਕਾਲਜ ਗੁਰੂ ਨਾਨਕ ਕਾਲਜ ਜਿੱਥੇ ਕਿ ਕਾਲਜ ਵਿੱਚ ਤਕਰੀਬਨ 700 ਬੱਚਿਆਂ ਨੂੰ ਫਰੀ ਮੀਲ ਰੋਜ਼ ਮਿਲ ਦਿੱਤਾ ਜਾਂਦਾ ਹੈ